ਤਾਇਬਾ ਫਾਰਮ ਇੰਡਸਟਰੀ ਲਾਹੌਰ ਟਰੈਕਟਰ ਮਾਰਕੀਟ ਦੇ ਵਿੱਚ ਮੌਜੂਦ ਆ ਜੀ ਕਾਫੀ ਭਾਈਆਂ ਦੇ ਕਮੈਂਟ ਆ ਰਹੇ ਸੀ ਕਿ ਨਿਊ ਹਾਲੈਂਡ ਗਾਜ਼ੀ ਇਸ ਤੋਂ ਇਲਾਵਾ 480 ਦਬੰਗ 640 ਦੇ حوالے ਤੇ ਅਪਡੇਟ ਦਿਓ ਨਵੇਂ ਮਾਡਲ ਆ ਗਏ ਨੇ ਕੰਪਨੀ ਨੇ ਕਿਹੜੀਆਂ ਕਿਹੜੀਆਂ ਤਬਦੀਲੀਆਂ ਕੀਤੀਆਂ ਨੇ ਲੋ ਜੀ ਦੋਸਤੋ ਜਿਹੜੀਆਂ ਜਿਹੜੀਆਂ ਕੰਪਨੀ ਨੇ ਤਬਦੀਲੀਆਂ ਕੀਤੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਨਵੀਆਂ ਕੀਮਤਾਂ ਆਈਆਂ ਨੇ ਕਾਫੀ ਭਾਈ ਦੇ ਕਮੈਂਟ ਹੀ ਕਿ ਅਪਡੇਟ ਦਿਓ ਜੀ ਫੀਅਰ ਦੀ ਕੀ ਰੇਟ ਵਗੈਰਾ ਚੱਲ ਰਿਹਾ ਸਭ ਤੋਂ ਪਹਿਲਾਂ ਦੀ ਗਾਜ਼ੀ ਤੁਸੀਂ ਚੈੱਕ ਕਰੋ ਜੀ ਇਹਦਾ ਤੁਹਾਨੂੰ ਰਿਵਿਊ ਵਗੈਰਾ ਦੇਣੇ ਆ ਨਿਊ ਹਾਲੈਂਡ ਗਾਜ਼ੀ ਇਹ 2024 ਮਾਡਲ ਆ ਗਿਆ ਹੈ ਲਾਹੌਰ ਟਰੈਕਟਰ ਮਾਰਕੀਟ ਦੇ ਵਜਤ ਐਬਾ ਫਾਰਮ ਇੰਡਸਟਰੀ ਤੇ ਕਾਫੀ ਭਾਈਆਂ ਦੇ ਕਮੈਂਟ ਹੀ ਕਿ ਰੇਟ ਦੇ ਬਾਰੇ ਨਾਲ ਵੀ ਅਪਡੇਟ ਦਿਓ ਸਭ ਤੋਂ ਪਹਿਲਾਂ ਤੁਹਾਨੂੰ ਇਹਦਾ ਰਿਵਿਊ ਦੇਣੇ ਆ ਕਿ ਕੰਪਨੀ ਨੇ ਕਿਹੜੀਆਂ-ਕਿਹੜੀਆਂ ਤਬਦੀਲੀਆਂ ਕੀਤੀਆਂ ਨੇ ਚੈੱਕ ਕਰ ਸਕਦੇ ਹੋ ਜੀ ਨਿਊ ਹਾਲੈਂਡ ਗਾਜ਼ੀ ਸਟicker ਚੇਂਜ ਕੀਤਾ ਸਿਰਫ ਇੱਕ ਹੀ ਪੱਟੀ ਕਰ ਦਿੱਤੀ ਇਹ ਪਹਿਲਾਂ ਤਕਰੀਬਨ 3-4 ਕਲਰ ਸੀ ਸਿਰਫ ਬਿਲਕੁਲ ਵਾਈਟ ਕਰ ਦਿੱਤਾ ਤੇ ਇਸੇ ਤਰ੍ਹਾਂ ਜਿਹੜੇ ਗਾਜ਼ੀ ਹੋ ਗਿਆ ਇਸ ਤਰ੍ਹਾਂ 640 480 ਸਾੜੇ ਜਿਹੜੇ ਮਾਡਲ ਨੇ ਇੱਕ ਪੱਟੀ ਕਰ ਦਿੱਤੀ ਹੈ ਯਾਨੀ ਕਿ ਸਟicker ਵਗੈਰਾ ਚੇਂਜ ਕਰ ਦਿੱਤਾ ਪਾਵਰ ਸਟੀering 65 h b ਅਲਗਾਜ਼ੀ ਟਰੈਕਟਰ ਲਿਮਿਟਿਡ ਐ ਸਟicker ਪਹਿਲੇ ਵੀ ਲੱਗਾ ਹੁੰਦਾ ਸੀ ਇਸ ਤੋਂ ਬਾਅਦ ਜੀ ਪਾਵਰ ਸਟੀਅਰਿੰਗ ਪੈਂਠ ਆ ਚੁਪੀ ਇਸ ਤੋਂ ਇਲਾਵਾ ਵਾਈਟ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਮਜੀਦ ਤੁਹਾਨੂੰ ਥੱਲੋਂ ਚੈੱਕ ਕਰਾ ਸਕਦੇ ਆ ਜੀ ਅ ਨਿਚਲਾ ਹਿੱਸਾ ਤੁਸੀਂ ਵੇਖ ਸਕਦੇ ਹੋ ਜੀ ਬਕਾਇਦਾ ਤੌਰ ਤੇ ਬਾਕੀ ਹਰ ਚੀਜ਼ ਜਿਹੜੀ ਇਹਦੀ ਤਕਰੀਬਨ ਸੇਮ ਹੀ ਅਗਾਜ਼ੀ ਦੀ ਹੋਰ ਕੋਈ ਕਿਸੇ ਕਿਸਮ ਦੀ ਕੋਈ ਤਬਦੀਲੀ ਵਾਜ਼ਹ ਨਜ਼ਰ ਨਹੀਂ ਆ ਰਹੀ ਕਿ ਕੰਪਨੀ ਨੇ ਕਿਹੜੀ ਤਬਦੀਲੀ ਕੀਤੀ ਹੈ ਬਹਰ ਹਾਲ ਫੀਅਰਡ ਕੰਪਨੀ ਦੀ ਇਹ ਅਸੀਂ ਕਹਿ ਸਕਦੇ ਹਾਂ ਕੋਬੀ ਹੈ ਕਿ ਹਰ ਸਾਲ ਬਾਅਦ ਜਿਹੜਾ ਹੈ ਜੀ ਸਟicker ਲਾਜ਼ਮੀ ਚੇਂਜ ਕਰ ਦਿੰਦੇ ਨੇ ਇਸ ਤੋਂ ਇਲਾਵਾ ਜੀ ਆ ਤੁਸੀਂ ਸਟੀਅਰਿੰਗ ਵਾਲੀ ਜਗ੍ਹਾ ਦੇਖ ਸਕਦੇ ਹੋ ਜੀ ਡੈਸ਼ਬੋਰਡ ਵਗੈਰਾ ਦੇਖ ਸਕਦੇ ਹੋ کافی ਭਾਈਆਂ ਦੇ ਕਮੈਂਟ ਆਏ ਜੀ ਤਬਦੀਲੀਆਂ ਆ ਰਹੀਆਂ ਨੇ ਤਬਦੀਲੀਆਂ ਆ ਰਹੀਆਂ ਨੇ ਤਬਦੀਲੀ ਭਾਈ ਸਿਰਫ ਸਿਰਫ ਸਟੀਕਰ ਦੀ ਤਬਦੀਲੀ ਹੋਈ ਹੈ ਤੇ ਵੀ ਸਮਝਦੇ ਆ ਮਾਲਕ ਨੀਮਤ ਹੈ ਵੱਡੀ ਤਬਦੀਲੀ ਹੈ ਚਲੋ ਕੋਈ ਨਾ ਕੋਈ ਤਬਦੀਲ ਤੇ ਹੋ ਰਿਹਾ ਨਾ ਚਲੋ ਸਟੀਕਰ ਹੀ ਸਹੀ ਤੇ ਆ ਦੋਸਤੋ ਸਟੀਕਰ ਜਿਹੜਾ ਚੇਂਜ ਹੁੰਦਾ ਹੈ ਇਹ ਵੀ ਏਡੀ ਛੋਟੀ ਤਬਦੀਲੀ ਨਾ ਸਮਝਿਆ ਕਰੋ ਇਹ ਵੀ ਬੜੀ ਵੱਡੀ ਤਬਦੀਲੀ ਹੈ ਬੜੇ ਬੜੇ ਰੱਦ ਪੈਸੇ ਲੱਗਦੇ ਨੇ ਇਹਨੂੰ ਡਿਜ਼ਾਈਨ ਕਰਦੇ ਨੇ ਸਾਰਾ ਸਾਲ ਸੋਚਦੇ ਨੇ ਅਸੀਂ ਆਹ ਸਟੀਕਰ ਲਾਣਾ ਸਾਰਾ ਸਾਰ ਸੋਚ ਵਿਚਾਰ ਕਰਕੇ ਫੇਰ ਸਟicker ਚੇਂਜ ਕਰਦੇ ਨੇ ਤੇ ਅਗੋਂ ਲਾਲੋ ਸਾਹਿਬ ਵਗੈਰੇ ਟਰੈਕਟਰ ਪੂਰਾ ਚੇਂਜ ਕਰਨ ਲੱਗਣ ਦੇ ਪੂਰੀ ਜ਼ਿੰਦਗੀ ਲਾ ਦੇਣਗੇ ਸੋਚ ਵਿਚਾਰ ਤੇ ਤੇ ਸੁਪਰ ਐਪ ਜਨਰਲ ਦੇ ਟਾਇਰ ਹੈ ਜੀ ਇਹਦੇ ਪਿੱਛੇ ਚੈੱਕ ਕਰ ਸਕਦੇ ਹੋ ਬਾਕੀ ਟਰੈਕਟਰ ਵਾਲੇ ਨਾਲ ਵੀ ਤੁਹਾਨੂੰ ਅਪਡੇਟ ਵਗੈਰਾ ਦੇ ਦਿੰਨੇ ਆ ਬਾਕੀ ਮਜੀਦ ਤੁਹਾਨੂੰ ਮੈਂ ਇਹਦਾ ਕੀ ਵਿਖਾਵਾਂ ਬਾਕੀ ਸਾਰਾ ਹੀ ਡਿਟੇਲ ਜਿਹੜੀ ਇਹ ਸਾਰਾ ਸੇਮ ਹੈ 2023 ਮਾਡਲ ਦਾ ਗਾਜ਼ੀ ਠੀਕ ਹੈ ਜੀ ਦੂਸਰੀ ਸਾਈਡ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਨੇ ਇਸੇ ਤਰ੍ਹਾਂ ਦੂਸਰੇ ਵੀ ਸਾਰੇ ਮਾਡਲ ਜਿਹੜੇ ਨੇ ਬਿਲਕੁਲ ਸੇਮ ਆ ਰਹੇ ਨੇ ਫਿਰ ਹਾਲ ਦਬੰਗ ਦੀ ਨਈ ਅਪਡੇਟ ਮਿਲੀ ਦਬੰਗ ਦਾ ਕੋਈ ਜਿਹੜਾ 2024 ਮਾਡਲ ਉਹ ਨਹੀਂ ਕੰਪਨੀ ਨੇ ਫਿਲਹਾਲ ਸ਼ੋਅ ਕਰਵਾਇਆ ਬਾਕੀ ਗਾਜ਼ੀ 640 ਇਸ ਤੋਂ ਇਲਾਵਾ 480 ਇਹ ਸਾਰੇ ਮਾਡਲ ਜਿਹੜੇ ਨੇ 2024 ਨਵੇਂ ਸਟicker ਦੇ ਵਿੱਚ ਆ ਗਏ ਨੇ ਥੋੜੀ ਜਿਹਾ ਕਲੰਪ ਵਗੈਰਾ ਨਵੇਂ ਨੇ ਸ਼ਾਈਨਿੰਗ ਮਾਰਦੇ ਪਏ ਨੇ ਇਹ ਹੀ ਇਹਦੇ ਵਿੱਚ ਤਬਦੀਲੀ ਹੈ ਫਿਲਹਾਲ ਕੀਮਤ ਜਿਹੜੀ ਭਾਈ 550000 ਰੁਪਿਆ ਨਿਊ ਹਾਲੈਂਡਗਾ ਸੀ ਗਾਜ਼ੀ 65 HP ਦੀ ਕੀਮਤ ਆ ਜੀ 2024 ਦੇ ਵਿੱਚ ਇਸ ਰੇਟ ਦੇ ਵਿੱਚ ਤੁਹਾਨੂੰ ਮਿਲੇਗਾ ਅਗਰ ਕੋਈ ਭਾਈ ਕੈਸ਼ ਲੈਣਾ ਚਾਹੁੰਦਾ ਹਾਜ਼ਰ ਸਟਾਕ ਤੇ ਹਾਜ਼ਰ ਸਟਾਕ ਵੀ ਆ 2024 ਮਾਡਲ ਵੀ ਮੌਜੂਦ ਹੈ ਤੇ ਜ਼ਿਆਦਾਤਰ ਜਿਹੜਾ ਸਟਾਕ 2023 ਦਾ ਵਾਫਰ ਸਟਾਕ ਮਾਰਕੀਟ ਦੇ ਵਿੱਚ ਮੌਜੂਦ ਹੈ ਤੇ 2023 ਦਾ ਅਗਰ ਕੋਈ ਸਟਾਕ ਲੈਣਾ ਚਾਹੁੰਦਾ ਉਹ ਸਸਤਾ ਵੀ ਮਿਲ ਜਾਏਗਾ ਯਾਨੀ ਕਿ ਬੁਕਿੰਗ ਰੇਟ ਤੋਂ ਥੱਲੇ ਹੀ ਮਿਲ ਜਾਏਗਾ ਤੁਹਾਨੂੰ ਫਿਲਹਾਲ ਅਲੱਗਰ ਤੁਸੀਂ ਐਂ ਅਗਰ ਲੈਂਦੇ ਹੋ 2024 ਮਾਡਲ ਇਹ ਤੁਹਾਨੂੰ ਬੁਕਿੰਗ ਰੇਟ ਤੇ ਯਾਨੀ ਕਿ ਕੰਟਰੋਲ ਰੇਟ ਤੇ ਮਿਲਣਗੇ ਇਹਦੇ ਬਾਅਦ ਤੁਸੀਂ 640 ਲੈ ਲਓ 480 ਲੈ ਲਓ 640 ਜਾਂ ਇਸ ਤੋਂ ਇਲਾਵਾ ਗਾਜ਼ੀ ਲੈ ਲਓ ਜਾਂ ਦਵਾਂਗ ਲੈ ਲਓ ਦਵਾਂਗ ਜਿਹੜਾ ਫਿਲਹਾਲ ਪੁਰਾਣੇ ਸਟicker ਦੇ ਵਿੱਚ ਇਹਨਾਂ ਕੋ ਮੌਜੂਦ ਹੈ ਇਨਾ ਕੋ ਗਾਜ਼ੀ ਦਾ ਜਿਹੜਾ ਨਵਾਂ ਸਟਾਕ ਆ ਗਿਆ 2024 ਮਾਡਲ ਦਾ ਫਿਲਹਾਲ ਦੋਸਤੋ ਫੀਅਰਡ ਕੰਪਨੀ ਦੇ ਹਵਾਲੇ ਨਾਲ ਇਹ ਹੀ ਅਪਡੇਟ ਹੈ ਕਿ ਜਿਹੜਾ ਵੀ ਮਾਡਲ ਤੁਸੀਂ ਲਓਗੇ ਕੰਟਰੋਲ ਰੇਟ ਤੇ ਯਾਨੀ ਕਿ ਅੰਡਰ ਨਵਾਈ ਸੇਲ ਹੋ ਰਿਹਾ ਹੈ ਅਗਰ ਤੁਸੀਂ 2024 ਨਵੇਂ ਸਟicker ਦੇ ਵਿੱਚ ਲੈਂਦੇ ਹੋ ਤੇ ਉਹ ਤਕਰੀਬਨ ਤੁਹਾਨੂੰ ਬੁਕਿੰਗ ਰੇਟ ਤੇ ਮਿਲੇਗਾ ਓਨ ਵਗੈਰਾ ਬਿਲਕੁਲ ਜ਼ੀਰੋ ਹੈ ਦੇ ਉਤੇ ਤੇ ਸਾਰਾ ਸਾਲ ਵੀ ਜ਼ੀਰੋ ਹੀ ਰਿਹਾ ਹੈ ਓਨ ਵਗੈਰਾ ਜਿਹੜੀਆਂ ਗੱਲਾਂ ਨੇ ਕਿ ਓਨ ਆਏਗਾ ਫਿਲਹਾਲ ਫੀਅਰਡ ਤੇ ਓਨ ਨਹੀਂ ਆਣ ਲਗਾ ਅਲਬਤਾਲਗਾਜ਼ ਯਾਨੀ ਕਿ ਮਿੱਲੇ ਡਾਇਰੈਕਟਰ ਤੇ ਔਨ ਵਗੈਰਾ ਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ੀਦ ਜਿਹੜਾ ਔਨ ਵਗੈਰਾ ਵੱਧ ਸਕਦਾ ਹੈ। ਤਾਂ ਦੋਸਤੋ ਵੀਡੀਓ ਆਈ ਦੀ ਅੱਛੀ ਲੱਗੀ ਲਾਈਕ ਕਰ ਦਿਓ ਮਜ਼ੀਦ ਅਪਡੇਟਸ ਲਈ ਡਾਇਰੈਕਟਰਾਂ ਦੇ ਮੁਤਲਕ ਅਗਲੀ ਕਲਚਰ ਦੇ ਮੁਤਲਕ ਹਰ ਕਿਸਮ ਦੀ ਅਪਡੇਟ ਲਈ ਸਾਡੇ YouTube ਚੈਨਲ ਆਪਣਾ ਚੈਨਲ PK ਨੂੰ لازਮੀ ਸਬਸਕ੍ਰਾਈਬ ਕਰ ਲੋ ਇਨਸ਼ਾਅੱਲਾ ਦੋਸਤੋ ਮਿਲਦੇ